ਸਟੱਡੀ ਦੀ ਪ੍ਰਿਕਵਾਇਰਮੈਂਟ ਨੂੰ ਲੈ ਕੇ ਜਿਹੜੇ ਇੰਤਜ਼ਾਮ ਨੇ ਪੰਜਾਬ ਦੇ ਅੰਦਰ ਉਹ ਕਾਫੀ ਤਸੱਲੀ ਬਖਸ਼ ਨੇ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਸੀਜ਼ਨ ਨੂੰ ਲੈ ਕੇ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਹਰ ਰੋਜ਼ ਮੈਂ ਇੱਕ ਦੋ ਜ਼ਿਲ੍ਹੇ 'ਚ ਤਿੰਨ ਚਾਰ ਮੰਡੀਆਂ 'ਚ ਜਾ ਰਿਹਾ। ਸੋ ਅੱਜ ਵੀ ਸਵੇਰੇ ਸਭ ਤੋਂ ਪਹਿਲਾਂ ਨਕੋਦਰ ਮੰਡੀ ਦੇ ਅੰਦਰ, ਉਸ ਤੋਂ ਬਾਅਦ ਧਰਮਕੋਟ ਅਤੇ ਹੁਣ ਮੋਗਾ ਮੰਡੀ ਦੇ ਵਿੱਚ ਆਏ ਹਾਂ। ਸੋ ਲਗਾਤਾਰ ਜਿਹੜੇ ਪ੍ਰਬੰਧ ਕੀਤੇ ਉਹਨਾਂ ਦਾ ਜਾਇਜ਼ਾ ਲਿਆ ਜਾ ਰਿਹਾ। ਹਰ ਰੋਜ਼ ਸਾਡੇ ਮੰਤਰੀ ਸਾਹਿਬਾਨ, ਸਾਡੇ ਐੱਮ ਐੱਲ ਏ ਸਾਹਿਬਾਨ, ਸਾਡੇ ਚੇਅਰਮੈਨ, ਟੋਟਲ ਡਿਪਾਰਟਮੈਂਟ ਦੇ ਅਧਿਕਾਰੀ ਸਾਹਿਬਾਨ, ਇਹਨਾਂ ਮੰਡੀਆਂ ਦੇ ਉੱਤੇ ਨਿਗਾਹ ਰੱਖ ਲਿਆ ਵੀ ਕਿਸੇ ਕਿਸਮ ਦੀ ਨਿਗਾਹ ਜਿਹੜੀ ਉਹ ਮੰਡੀ ਦੇ ਅੰਦਰ ਕਿਸਾਨ ਨੂੰ ਦਿੱਕਤ ਨਾ ਆਵੇ। ਸੋ ਅੱਜ ਮੋਗੇ 'ਚ ਆਏ ਹਾਂ, ਮੇਰੇ ਨਾਲ ਸਾਡੀ ਛੋਟੀ ਭੈਣ ਡਾਕਟਰ ਅਮਨਦੀਪ ਕੌਰ, ਜਿਹੜੇ ਐੱਮ ਐੱਲ ਏ ਨੇ ਤੁਹਾਡੇ ਇੱਥੇ ਮੋਗੇ ਤੋਂ, ਮੇਰੇ ਸਾਥੀ ਪਿਆਰੇ ਅਜ਼ੀਜ਼ ਦਵਿੰਦਰ ਲਾਡੀ ਜੀ, ਜ਼ਿਲ੍ਹਾ ਪ੍ਰਧਾਨ, ਸੋ ਹੋਰ ਬਹੁਤ ਸਾਰੇ ਸਾਡੇ ਚੇਅਰਮੈਨ ਸਾਥੀ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸੋ ਮੈਂ ਕਹਿ ਸਕਦਾ ਕਿ ਪੰਜਾਬ ਦੇ ਅੰਦਰ ਪਹਿਲੀ ਤਰੀਕ ਤੋਂ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ, ਉਸ ਖਰੀਦ ਦੇ ਦੌਰਾਨ ਪੰਜਾਬ ਦੇ 8.5 ਲੱਖ ਤੋਂ ਉੱਪਰ ਕਿਸਾਨਾਂ ਨੇ ਮੰਡੀ ਦੇ ਵਿੱਚ ਇਹਨਾਂ ਦਿਨਾਂ 'ਚ ਆਉਣਾ। ਸੋ ਉਹਨਾਂ ਲਈ 1854 ਮੰਡੀਆਂ, ਜਿਹਨੂੰ ਆਪਾਂ ਖਰੀਦ ਕੇਂਦਰ ਕਹਿੰਦੇ ਹਾਂ, ਉਹ ਸਥਾਪਿਤ ਕੀਤੀਆਂ ਹੋਈਆਂ ਨੇ। ਸੋ ਇਹਨਾਂ ਦੇ ਵਿੱਚ ਹੁਣ ਤੱਕ ਪਿਛਲੀ 12 ਤਰੀਕ ਤੋਂ ਜਿਹੜੀ ਕੱਲ੍ਹ ਲੰਘੀ ਹੈ, ਪੰਜਾਬ ਦੀ ਮੰਡੀਆਂ ਦੇ ਅੰਦਰ 1551,000 ਜਿਹੜਾ ਮੀਟਰਿਕ ਟਨ ਉਹ ਝੋਨਾ ਮੰਡੀਆਂ 'ਚ ਆਇਆ। ਖੁਸ਼ੀ ਇਸ ਗੱਲ ਦੀ ਆ ਕਿ ਅਸੀਂ 1456,000 ਤੋਂ ਉੱਪਰ ਜਿਹੜਾ ਮੰਡੀਆਂ 'ਚੋਂ ਖਰੀਦ ਚੁੱਕੇ ਹਾਂ, ਭਾਵ 95% ਜਿਹੜਾ ਆ, 95% ਝੋਨਾ ਉਹ ਖਰੀਦ ਕੇ ਕਿਸਾਨ ਨੂੰ ਵਿਹਲੇ ਕਰਕੇ ਘਰਾਂ ਨੂੰ ਤੋੜ ਦਿੱਤਾ। ਔਰ 2129 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਪੇਮੈਂਟ ਬਣਦੀ ਸੀਗੀ ਚੱਕੀ ਗਈ ਫਸਲ ਦੀ, ਉਹ ਵੀ ਉਹਨਾਂ ਦੇ ਖਾਤਿਆਂ ਵਿੱਚ ਰਿਲੀਜ਼ ਕਰ ਦਿੱਤੀ ਗਈ ਹੈ। ਸੋ ਆਮ ਤੌਰ 'ਤੇ ਜਿਹੜੀ ਪੰਜਾਬ 'ਚ ਇੱਕ ਪਰੰਪਰਾ ਰਹੀ ਹੈ ਵੀ ਕਿਸਾਨ ਦਾ ਦੁਸਹਿਰਾ ਅਤੇ ਦਿਵਾਲੀ ਉਹ ਮੰਡੀ 'ਤੇ ਉਹਨੂੰ ਸੋਨੇ ਪੈਂਦਾ ਉੱਥੇ ਗੁਜ਼ਰਦੀ ਆ। ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਉਹਨਾਂ ਦੀ ਸੁਚੱਜੀ ਅਗਵਾਈ ਦੇ ਵਿੱਚ ਇਹ ਵਰਤਾਰੇ ਮਤਲਬ ਜਿਹੜੇ ਆ ਉਹ ਹੁਣ ਇਤਿਹਾਸ ਦੇ ਪੰਨੇ ਬਣ ਗਏ ਆ। ਬਲਕਿ ਪੰਜਾਬ ਦੇ ਅੰਦਰ 24-24 ਘੰਟਿਆਂ 'ਚ ਕਿਸਾਨ ਦੇ ਖਾਤੇ 'ਚ ਪੇਮੈਂਟ ਪੈ ਰਹੀ ਹੈ, ਸਵੇਰੇ ਉਹ ਆਉਂਦਾ ਸ਼ਾਮ ਨੂੰ ਢੇਰੀ ਤੋਂ ਵਿਹਲੇ ਕਰ ਦਿੱਤਾ ਜਾਂਦਾ। ਸੋ ਮਾਨਯੋਗ ਮੁੱਖ ਮੰਤਰੀ ਜੀ ਦਾ ਇਹ ਫੈਸਲਾ ਕਿ ਇਕੱਲਾ ਦਾਣਾ ਮੰਡੀ 'ਚੋਂ ਚੱਕਾਂਗੇ, ਸੋ ਮੈਂ ਕਹਿ ਸਕਦਾ ਕਿ ਇਸ ਵਾਰ ਭਾਵੇਂ ਹੜ੍ਹ ਵੀ ਆਏ ਪੰਜਾਬ ਦੇ ਅੰਦਰ, ਕਈ ਜ਼ਿਲ੍ਹਿਆਂ ਦੇ ਵਿੱਚ ਦੂਜੀ ਵਾਰ ਵੀ ਫਸਲ ਨੂੰ ਲਾਉਣੇ ਪਿਆ, ਪਰ ਜਿਹੜੀ ਚੰਗੀ ਗੱਲ ਹੈ ਵੀ ਇਸ ਵਾਰ ਜਿਹੜੀ ਫੀਡਬੈਕ ਮਿਲ ਰਹੀ ਹੈ ਮੰਡੀਆਂ 'ਚੋਂ, ਝਾੜ ਝੋਨੇ ਦਾ ਪੰਜਾਬ 'ਚ ਵੱਧ ਰਿਹਾ ਇਸ ਵਾਰ, ਅਤੇ ਦਾਣਾ ਵੀ ਬਹੁਤ ਖੂਬਸੂਰਤ ਹੈ। ਮਤਲਬ ਇਹ ਦੋਵੇਂ ਗੱਲਾਂ ਚੰਗੀਆਂ ਨੇ ਪੰਜਾਬ ਦੇ ਲਈ। ਸੋ 37,000 ਕਰੋੜ ਦੀ ਸਾਡੇ ਕੋਲ CCL ਪਈ ਹੈ ਔਰ ਬਾਰਦਾਨਾ ਸਾਡੇ ਕੋਲ ਕੰਪਲੀਟ ਹੈਗਾ ਆ। ਬਸ ਅਸੀਂ ਉੱਪਰ ਕੁਦਰਤ ਨੂੰ ਦੁਆ ਕਰਦੇ ਹਾਂ ਵੀ ਉਹਦਾ ਆਸ਼ੀਰਵਾਦ ਰਹੇ, ਮੌਸਮ ਸਵੱਲਾ ਰਹੇ ਸਾਡੇ ਉੱਤੇ, ਇਕੱਲਾ ਦਾਣਾ ਮੰਡੀਆਂ 'ਚ ਚੁੱਕਾਂਗੇ। ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਕਿਸਾਨ ਵੀਰਾਂ ਨੂੰ ਅਪੀਲ ਜ਼ਰੂਰ ਕਰਾਂਗਾ ਵੀ ਫਸਲ ਨੂੰ ਸਵਾਰ ਕੇ ਲੈ ਕੇ ਮੰਡੀ 'ਚ ਆਉਣ, ਇੱਥੇ ਆ ਕੇ ਕੋਈ ਦਿੱਕਤ ਨਾ ਆਵੇ, ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਮੰਡੀ 'ਚ ਦਿੱਕਤ ਨਹੀਂ ਆਊਗੀ। ਸੋ ਤੁਹਾਡੀ ਮਤਲਬ ਜਿਹੜੀ ਇਹ ਸੀਜ਼ਨ ਹੈ ਪੰਜਾਬ ਦੇ ਅੰਦਰ ਪੈੜੀ ਦਾ, ਜਿਹਦੇ ਨਾਲ ਨਾ ਕੇਵਲ ਕਿਸਾਨ ਜੁੜਿਆ ਬਲਕਿ ਮਿਲਰ ਜੁੜਿਆ, ਆੜ੍ਹਤੀ ਜੁੜਿਆ, ਮਜ਼ਦੂਰ ਜੁੜਿਆ। ਸੋ ਸਾਨੂੰ ਉਮੀਦ ਹੈ ਵੀ ਇਹ ਸੀਜ਼ਨ ਜਿਹੜਾ ਆ ਉਹ ਕਾਫੀ ਸ਼ਾਨਦਾਰ ਹੋਊਗਾ ਪੰਜਾਬ ਦੇ ਅੰਦਰ ਔਰ ਪੰਜਾਬ ਦੀ ਆਰਥਿਕਤਾ ਦੇ ਵਿੱਚ, ਪੰਜਾਬ ਦੀ ਇਕੋਨਮੀ ਦੇ ਉੱਤੇ ਇਹਨਾਂ ਦੋਵਾਂ ਸੀਜ਼ਨਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਸੋ ਸਾਡੀਆਂ ਦੁਆਵਾਂ ਨੇ, ਸਾਡੀਆਂ ਉਮੀਦਾਂ ਨੇ ਇਹ ਸੀਜ਼ਨ ਚੰਗਾ ਰਹੂਗਾ। ਸੋ ਇਕੱਲਾ ਦਾਣਾ ਪੰਜਾਬ ਦੀ ਮੰਡੀ 'ਚ ਰਾਈਸ ਮਿਲਰ ਦੀ ਹੜਤਾਲ ਹੈ, ਡਰ ਹੈ ਉਹਨਾਂ ਦੇ ਮਨ ਦੇ ਵਿੱਚ 45 ਜਿਹੜੀ ਹੈ ਪਾਲਿਸੀ ਰਾਈਸ ਨੂੰ ਲੈ ਕੇ ਪਾਲਿਸੀ ਨਹੀਂ। ਉਹ ਦੇਖੋ ਸਾਡੀ ਉਹਨਾਂ ਨਾਲ ਦੋ ਮੀਟਿੰਗਾਂ ਹੋਈਆਂ ਨੇ, ਵੈਸੇ ਅੱਜ ਜੋ ਵੀ ਮੀਟਿੰਗ ਕਰ ਰਹੇ ਨੇ ਮੈਨੂੰ ਉਮੀਦ ਆ ਵੀ ਮਾਮਲਾ ਸ਼ਾਰਟ ਆਊਟ ਹੋਏਗਾ। ਵੈਸੇ ਕੇਂਦਰ ਸਰਕਾਰ ਨਾਲ ਜੁੜਿਆ ਮਾਮਲਾ, ਸੋ ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਜਿੱਥੇ ਵੀ ਸਾਡੀ ਲੋੜ ਪਊਗੀ ਸਾਡੀ ਆਪਣੀ ਭੂਮਿਕਾ। ਜਿਸ ਤਰ੍ਹਾਂ ਉਹਨਾਂ ਕਹਿਣਾ ਕਿ 45 ਰਾਈਜ਼ ਹੈ ਜਿਹੜੀ ਉਹਦੀ ਇੰਟੀਗੇਟਸ ਕੀ ਹੈ ਉਹਦੇ ਬਾਰੇ ਉਹ ਨਹੀਂ ਜ਼ਿੰਮੇਵਾਰੀ ਲੈ ਸਕਦੇ, ਪਰ ਕਿਉਂਕਿ ਇਹ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਇਹ ਮਾਮਲਾ ਸ਼ਾਰਟ ਆਊਟ ਹੋਣਾ ਚਾਹੀਦਾ ਆ, ਇਹਦੇ ਵਿੱਚ ਜਿਹੜਾ ਪ੍ਰੋਡਕਸ਼ਨ ਕਰਦਾ ਆ
वो तो निगाह रखी जाए, पर कोई ना कोई हल आप कढ़न का कढ़वाने का यतन कर रहे हैं। पंजाब सरकार मानयोग मुख्यमंत्री जी भी ये कवर कर रहे हैं। मैं लगता एक दो दिन से शॉर्ट आउट मंत्री सब तो बड़ी समस्या सी पिछले दिन मंडिया जी आ रही थी, वो सी अड़तियां की हड़ताल हो जाना या लेबर की हड़ताल हो जाना। लंबे समय तो इन्हों का कमीशन जरा है उन्होंने करके मांग कर रहे थे 25 आड़तियां की हड़ताल तो कल की खत्म हो गई है। वैसे ये भी सवाल केंद्र ना जुड़ता, असी अपने वालों पंजाब सरकार वालों 25% का रिवाइज करके भेजे इन्हों का भी 25% रेट बढ़ने चाहिए आ ज्यों ज्यों महंगाई बढ़ती है उन्होंने सूचकांक ना जोड़ के। सो असी अपने वालों तो कोई कसर छड़ी नहीं, ये FCI ना जुड़िया हुआ मामला आ। असी डिपार्टमेंट वालों एक लैटर भी लिखे और जल्दी असी ये संबंधी होर भी कार्रवाई अगे तोर रहे। सो मैं उम्मीद है कि ये हल होएगा। FCI मतलब जो उन्होंने आड़ती की मांग को कंसीडर करना चाहिए मजदूर की। मसला है जी मॉइस्चर का, जी ऐसी कोई छोड़ दी है जी मॉइस्चर बिल्कुल कोई कट नहीं लगेगा, तुम चिंता न करो कला दाना पंजाब। मंत्री जी पराली को लेकर जो किसानों जागरूक कर रही है खेतीबाड़ी, बिल्कुल मेरी हम्बल रिक्वेस्ट है। देखो साढ़े गुरु साहबाना ने बहुत बड़िया इतिहासक गल् वातावरण लैके गई हैं। अभी तो कई बार गल करते हैं भी उन्हों का क्या ही मान ली आप भी इसे ही मौसम के सह लैना। सो पराली के जोड़े बदलवे प्रबंध बने हैं, जोड़े भी बदलवे प्रबंध बने हैं उन्होंने इस्तेमाल करके पराली का जो हल कढ़ना चाहिए, अग लाने तो बचना चाहिए। साड़ी रिक्वेस्ट है सर, जो FCI ने पंजाब सरकार ने आड़त फ्रीज की बारे की मैं उही गल करता पाया भी जरा, क्योंकि केंद्र ने जुड़िया मामला FCI असी भी ये लगे हुए हैं। उम्मीद करो कोई हाल ही का निकलेगा। FCI हर साल जी है परचेज स्टेट के घटाई जा रही है, टारगेट भी घट दिता जा रहा है। नहीं, पंजाब 182 लाख मीटर टन का टारगेट मिले। सो मैं उम्मीद है भी ये टारगेट असं बड़ी मतलब ईजली पूरा करा और जोड़ा बहुत बड़ी भूमिका पंजाब हर बार अदा करता इस बार भी करेगा।